ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ, ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ 'ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਭਰਾਵੋ ਚੂਹੇ ਨੂੰ ਖਤਮ ਕਰਨ ਵਾਸਤੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨਾ ਸਾਰਿਆਂ ਤੋਂ ਵੱਧ ਕਿਸਾਨ ਭਰਾਵਾਂ ਨੂੰ ਤੰਗ ਕਰ ਰਿਹਾ ਚੂਹਾ, ਕਿਉਂਕਿ ਹੋਰ ਛਿੜਕਿਆ ਕਰ ਦਿੰਦੇ ਨੇ ਕਿਸਾਨ ਭਰਾ, ਸੁੰਡੀ ਮਾਰ ਲੈਂਦੇ ਆ, ਫੰਗਸ ਨੂੰ ਖਤਮ ਕਰ ਲੈਂਦੇ ਆ, ਜਾਂ ਆਪਾਂ ਕਹਦੇ ਤੇਲਾ ਵਗੈਰਾ ਹੋਰ ਚੀਜ਼ਾਂ ਨੂੰ ਖਤਮ ਕਰ ਲੈਂਦੇ ਆ, ਘਾਹ ਫੂਸ ਵੀ ਖਤਮ ਕਰਨ ਲੱਗ ਗਏ ਕਿਸਾਨ ਭਰਾ। ਪਰ ਸਾਰਿਆਂ ਤੋਂ ਵੱਡੀ ਦਿੱਕਤ ਦੇ ਰਿਹਾ ਗਾ ਇਸ ਟਾਈਮ 'ਤੇ ਚੂਹਾ, ਜੋ ਕਿ ਹੁਣ ਝੋਨੇ ਨੂੰ ਕੱਟ ਕੱਟ ਕੇ ਸਿੱਟ ਰਿਹਾ। ਵੈਸੇ ਇਹਨੂੰ ਇਹਦੇ ਵਿੱਚ ਬੈਨੀਫਿਟ ਕੁਛ ਨਹੀਂ ਹੁੰਦਾ, ਇਹਨੇ ਡੱਕਾ ਨਹੀਂ ਖਾਣਾ ਹੁੰਦਾ ਇਹਦੇ ਵਿੱਚੋਂ, ਪਰ ਕਰਨਾ ਕੀ ਹੁੰਦਾ ਗਾ, ਇਹਨੇ ਕੱਟ ਕੱਟ ਕੇ ਅੱਗੇ ਤੁਰਨਾ ਹੁੰਦਾ। ਪਹਿਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਭਰਾ ਤਪਾਏ ਸੀਗੇ, ਇੱਕ ਆਪਾਂ ਕਹਿੰਦੇ ਬੱਤਕ ਜੀ ਨੇ, ਅਤੇ ਹੁਣ ਉਹਦੇ ਮਾਰ ਤੋਂ ਬਾਹਰ ਗਈ ਹੈ, ਤਾਂ ਹੁਣ ਚੂਹਾ ਸਾਰਿਆਂ ਤੋਂ ਵੱਧ ਨੁਕਸਾਨ ਕਰ ਰਿਹਾ ਹੈਗਾ, ਕਿਉਂਕਿ ਜੇ ਤਾਂ ਕਿਸਾਨ ਭਰਾ ਜ਼ਿਆਦਾ ਨਜਾਇਜ਼ ਪਾਣੀ ਲਾਉਂਦੇ ਨੇ, ਫਿਰ ਤਾਂ ਫੰਗਸ ਦੀ ਪ੍ਰੋਬਲਮ ਜਾਂ ਹੋਰ ਅਲਾਮਤਾਂ ਪੈ ਜਾਂਦੀਆਂ ਨੇ, ਅਤੇ ਦੂਸਰਾ ਨੰਬਰ ਕਈ ਵਾਰੀ ਪਾਣੀ ਪੂਰਾ ਆਉਂਦਾ ਵੀ ਨਹੀਂ ਹੁੰਦਾ, ਅਤੇ ਜੇਕਰ ਨਹੀਂ ਲਾਉਂਦਾ ਤਾਂ ਚੂਹਾ ਬੜਾ ਤਪਾਉਂਦਾ, ਕਿਉਂਕਿ ਚੂਹੇ ਨੇ ਕੱਟ ਕੱਟ ਕੇ ਸਿੱਟ ਦੇਣਾ ਹੁੰਦਾ। ਪਰ ਇੱਕ ਗੱਲ ਹੋਰ ਆ, ਬਹੁਤ ਸਾਰੇ ਕਿਸਾਨ ਭਰਾ ਇਸ ਗਲਤ ਫਹਿਮੀ 'ਚ ਰਹਿੰਦੇ ਆ ਕਿ ਇਹ ਹੁਣ ਆਪਣੇ ਖੇਤਾਂ ਦੇ ਵਿੱਚ ਨਾ ਜਿਹੜੀਆਂ ਗੋਹਾਂ ਨੇ, ਗੋਹ ਕਹਿ ਦਿੰਦੇ ਆਪਾਂ, ਉਹ ਆਮ ਹੀ ਦੇਖਣ ਨੂੰ ਮਿਲਦੇ ਆ, ਹੋ ਸਕਿਆ ਤਾਂ ਆਪਾਂ ਫੋਟੋ ਲਾ ਦਾਂਗੇ, ਸਮਝਣਾ ਸੌਖਾ ਹੋ ਜੂਗਾ। ਇਸ ਤਰੀਕੇ ਦੇ ਨਾਲ ਉਹਨੂੰ ਵੀ ਕਈ ਵਾਰੀ ਗੁਨਾਹਗਾਰ ਸਮਝ ਲਿਆ, ਜਦੋਂ ਕਿ ਗੋਹ ਦਾ ਕੰਮ ਕੀ ਹੁੰਦਾ ਨਾ ਕਿਸਾਨ ਭਰਾ, ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਮਿਲੂਗੀ ਜ਼ਰੂਰ, ਤੁਹਾਡੇ ਝੋਨੇ ਦੇ ਵਿੱਚ ਆਮ ਹੀ ਮਿਲ ਜੂ, ਪਰ ਚੂਹਾ ਤੁਹਾਨੂੰ ਦਿਨ ਦੇ ਟਾਈਮ 'ਤੇ ਕਿਤੇ ਨਹੀਂ ਮਿਲੂਗਾ ਛੇਤੀ ਕਿਤੇ, ਇਹ ਰਾਤ ਨੂੰ 100-150 ਮੀਟਰ ਤੱਕ ਦੂਰ ਚਲਾ ਜਾਂਦਾ ਆਪਣੀਆਂ ਖੱਡਾਂ ਤੋਂ, ਜਿੱਥੇ ਵੀ ਇਹਨੇ ਅਟੈਕ ਕਰਨਾ ਹੁੰਦਾ ਇਹਨੂੰ ਚੰਗਾ ਜਿਹਾ ਲੱਗਦਾ, ਕਰਦਾ ਤੁਰਿਆ ਜਾਂਦਾ, ਇਹਨੂੰ ਕੁਛ ਨਹੀਂ ਦੇਖਣਾ ਸੋਚਣਾ ਹੁੰਦਾ। ਪਰ ਹੁਣ ਗੋਹ 'ਤੇ ਆਪਾਂ ਕਿਵੇਂ, ਕਈ ਵਾਰੀ ਆਪਾਂ ਕਹਿੰਦੇ ਨਿਸ਼ਾਨਾ ਲਾ ਦਿੰਦੇ ਹਾਂ ਕਿ ਯਾਰ ਆਪਾਂ ਨੂੰ ਗੋਹ ਨੇ ਦਿਖਾਈ ਦਿੱਤਾ ਅਤੇ ਆਪਾਂ ਨੂੰ ਲੱਗਦਾ ਕਿ ਯਾਰ ਇਸ ਨੇ ਖਾ ਲਿਆ, ਪਰ ਉਹ ਕੀ ਕਰਦੇ ਆ ਕਿਸਾਨ ਭਰਾ, ਉਹ ਕਈ ਵਾਰੀ ਆਪਣੀਆਂ ਜਿਹੜੀਆਂ ਕੱਚੀਆਂ ਵੱਟਾਂ ਹੁੰਦੀਆਂ ਨੇ, ਇੱਕ ਤਾਂ ਪੱਕੀਆਂ ਹੁੰਦੀਆਂ ਨੇ ਘਾਹ ਫੂਸ ਵਾਲੇ, ਇੱਕ ਹੁੰਦੀਆਂ ਨੇ ਕੱਚੀਆਂ ਵੱਟਾਂ ਜਿਹੜੇ ਆਪਾਂ ਖੇਤਾਂ ਦੇ ਵਿਚਾਲੇ ਪਾਉਂਦੇ ਹਾਂ, ਉਹਨਾਂ ਦੇ ਵਿੱਚੋਂ ਨਾ ਵੱਧ ਤੋਂ ਵੱਧ ਜੇਕਰ ਤੁਹਾਡੀ ਜ਼ਮੀਨ ਦੇ ਵਿੱਚ ਗੰਡੋਏ ਨੇ, ਤੁਸੀਂ ਜ਼ਹਿਰਾਂ ਘੱਟ ਵਰਤਦੇ ਹੋ, ਉਹ ਗੰਡੋਇਆਂ ਨੂੰ ਕੱਢ ਕੱਢ ਕੇ ਖਾਂਦੀਆਂ ਹੁੰਦੀਆਂ ਨੇ ਦਿਨ ਦੇ ਟਾਈਮ 'ਤੇ, ਉਹ ਤੁਹਾਨੂੰ ਆਪਾਂ ਨੂੰ ਫਸ ਜਾਂਦੀਆਂ ਨੇ, ਕਈ ਵਾਰੀ ਆਪਾਂ ਉਹਨਾਂ ਦੀ ਨਿਸ਼ਾਨਾ ਬਿੰਨ ਲੈਂਦੇ ਹਾਂ। ਸੋ ਗੋਹ ਇਹ ਕੰਮ ਨਹੀਂ ਕਰਦੀ, ਇੱਕ ਤਾਂ ਇਹ ਧਿਆਨ ਰੱਖਣਾ। ਇੱਕ ਦੂਸਰਾ ਨੰਬਰ ਕਿਸਾਨ ਭਰਾਓ, ਸੱਪ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜਾ ਜਿੱਥੇ ਵੀ ਦੇਖਿਆ, ਜਿੰਨੀ ਵੀ ਮਰਜ਼ੀ ਮਿਹਨਤ ਲੱਗ ਜੇ, ਉਹਨਾਂ ਨੇ ਮਾਰਨਾ ਹੀ ਮਾਰਨਾ ਹੁੰਦਾ। ਕੋਸ਼ਿਸ਼ ਕਰੀਏ ਆਪਾਂ ਇਹਨਾਂ ਨੂੰ ਵੀ ਘੱਟ ਮਾਰਿਆ ਕਰੀਏ। ਬਹੁਤ ਸਾਰੇ ਕਿਸਾਨ ਭਰਾ ਹੁਣ ਸੱਪ ਨਹੀਂ ਮਾਰਦੇ, ਪਰ ਕੁਛ ਕੁ ਗਿਣਤੀ ਹੈਗੀ ਆ ਕਿਸਾਨ ਭਰਾਵਾਂ ਦੀ ਜਿਹੜੇ ਸੱਪ ਨੂੰ ਮਾਰਦੇ ਹੀ ਮਾਰਦੇ ਨੇ, ਭਾਵੇਂ ਕਿੰਨੀ ਵੀ ਮਿਹਨਤ ਲੱਗ ਜੇ, ਬਹੁਤ ਡੂੰਘੇ ਤੱਕ ਖੱਡਾਂ ਪੱਟ ਲੈਂਦੇ ਨੇ, ਜਾਂ ਇੰਨੀਆਂ ਕਿੱਟਾਂ ਚੱਕ ਚੱਕ ਕੇ ਸੱਟਾਂ ਦਿੰਦੇ ਨੇ ਭਰਾ ਕਿ ਯਾਰ ਉਨੀ ਮਿਹਨਤ ਉਹਨਾਂ ਨੇ ਸਾਰੇ ਦਿਨ 'ਚ ਨਹੀਂ ਕਰਨੀ ਹੁੰਦੀ। ਸੋ ਇਹਨਾਂ ਚੀਜ਼ਾਂ ਤੋਂ ਆਪਾਂ ਕਹਦੀਏ ਪਾਸਾ ਵੱਟੀਏ, ਕਿਉਂਕਿ ਛੇਤੀ ਕਿਤੇ ਸੱਪ ਆਪਣੇ ਅਟੈਕ ਉਨਾ ਚਿਰ ਨਹੀਂ ਕਰਦਾ ਜਿੰਨਾ ਚਿਰ ਆਪਾਂ ਉਹਦੇ 'ਤੇ ਅਟੈਕ ਕਿਸੇ ਵੀ ਤਰੀਕੇ ਦਾ ਨਹੀਂ ਕਰਦੇ। ਸੋ ਇਹ ਤਾਂ ਹੋ ਗਈ, ਚਲੋ ਆਪਾਂ ਜਿਹੜੇ ਗੁਨਾਹਗਾਰ ਨਹੀਂ ਹੈਗੇ, ਹੁਣ ਆਪਣਾ ਗੁਨਾਹਗਾਰ ਚੂਹਾ, ਇਹਨੂੰ ਆਪਾਂ ਕਿਵੇਂ ਖਤਮ ਕਰਨਾ ਕਿਸਾਨ ਭਰਾਵੋ, ਆਪਾਂ ਉਹਦੇ ਬਾਰੇ ਆਉਂਦੇ। ਪਹਿਲਾਂ ਇਹਨੂੰ ਆਪਾਂ ਨੂੰ ਸਮਝਣਾ ਪਊਗਾ, ਕਿਉਂਕਿ ਚੂਹਾ ਜਿਹੜਾ ਇਹ ਦੁਨੀਆ ਦੇ ਉੱਤੇ, ਸਾਰੀ ਦੁਨੀਆ ਦੇ ਉੱਤੇ ਇਹ ਇੱਕ ਕਿਸਮ ਦਾ ਆਪਾਂ ਕਹਿ ਦਈਏ ਹਰ ਕਿਤੇ ਸਰਵਾਈਵ ਕਰ ਲੈਂਦਾ, ਹਰ ਜਗ੍ਹਾ ਦੇ ਉੱਤੇ ਸਰਵਾਈਵ ਕਰ ਲੈਂਦਾ, ਇੱਕ ਅੱਧੀ ਜਗ੍ਹਾ ਬਚੀ ਹੋਈ ਜਿੱਥੇ ਇਹ ਸਰਵਾਈਵ ਨਹੀਂ ਕਰ ਪਾਉਂਦਾ, ਉੱਥੇ ਇਹ ਜ਼ਰੂਰ ਹੋ ਜਾਂਦਾ। ਜਿਹੋ ਜਿਹੇ ਆਪਣੇ ਚੂਹੇ ਨੇ ਉਹਨਾਂ ਦਾ ਰੰਗ ਰੂਪ ਥੋੜ੍ਹਾ ਮੋਟਾ ਬਦਲ ਜਾਂਦਾ, ਥੋੜ੍ਹਾ ਮੋਟਾ ਜਿਹੜੀ ਉਹਨਾਂ ਦੀ ਸਕਿਨ ਦੇ ਉੱਤੇ ਵਾਲ ਵਗੈਰਾ ਹੁੰਦੇ ਉਹ ਬਦਲ ਜਾਂਦੇ, ਪਰ ਜੇਕਰ ਇਹਨਾਂ ਦਾ ਬੋਡੀ ਲੈਂਗੁਏਜ ਬਦਲ ਜਾਂਦੀ, ਬੋਡੀ ਵੱਡੀ ਛੋਟੀ ਹੋ ਜਾਂਦੀ ਹੈ, ਪਰ ਜੇਕਰ DNA ਡਿਟੈਕਟਿਵ ਕਰੀਏ ਤਾਂ ਲਗਭਗ ਸੇਮ ਹੀ ਆਉਂਦਾ ਗਾ। ਸੋ ਇੰਨੀ ਜ਼ਿਆਦਾ ਜਿਹੜੀ ਆਪਾਂ ਕਹਿੰਦੇ ਜਟਲ ਪ੍ਰਜਾਤੀ ਹੈ ਜਿਹੜੀ, ਇਹਦੇ ਵਾਸਤੇ ਆਪਾਂ ਨੂੰ ਵੀ ਦਿਮਾਗ ਦੀ ਲੋੜ, ਆਪਾਂ ਨੂੰ ਇਹਨੂੰ ਸਮਝਣਾ ਪਊ। ਪਹਿਲਾਂ ਆਪਾਂ ਇਹਨਾਂ ਨੂੰ ਸਮਝੀਏ, ਸਾਰਿਆਂ ਤੋਂ ਪਹਿਲਾਂ ਕੀ ਕਰਨਾ ਕਿਸਾਨ ਭਰਾਓ, ਆਪਣੇ ਦੇਖਣਾ ਇਹ ਰਹਿੰਦੇ ਕਿੱਥੇ ਆ। ਕਈ ਵਾਰੀ ਕੀ ਹੁੰਦਾ ਨਾ, ਜਾਂ ਤਾਂ ਆਪਣੇ ਖੇਤ ਦੇ ਲਵੇ ਪੰਨਾ ਰਾਹ ਉੱਚੇ ਹੁੰਦੇ ਆ, ਕਿਤੇ ਜਿੱਥੇ ਕਿਤੇ ਨਾ ਹੀ ਤਾਂ ਕੋਈ ਵਹੀਕਲ ਚੜ੍ਹਦਾ ਹੁੰਦਾ ਸਾਈਡਾਂ ਬੰਨਿਆਂ ਦੇ ਉੱਤੇ, ਅਤੇ ਨਾ ਹੀ ਉੱਥੇ ਪਾਣੀ ਨੇ ਚੜ੍ਹਨਾ ਹੁੰਦਾ ਜਿੰਨਾ ਮਰਜ਼ੀ ਬਾਰਿਸ਼ ਵਗੈਰਾ ਹੋ ਜੇ, ਅਤੇ ਨਾ ਹੀ ਆਪਾਂ ਉੱਥੇ ਜ਼ਿਆਦਾ ਕਿਤੇ ਆਪਾਂ ਕਹਿੰਦੇ ਝਾੜ ਫੂਸ ਹੁੰਦਾ, ਕੁੱਤਿਆਂ ਦੀ ਮਾਰ ਨਹੀਂ ਪੈਂਦੀ ਉੱਥੇ, ਕੋਈ ਵੀ ਚੀਜ਼ ਆ ਉੱਥੇ ਸੇਫ ਰਹਿੰਦੇ ਆ ਉਹਨਾਂ ਜਗ੍ਹਾਵਾਂ ਦੇ ਉੱਤੇ, ਜਾਂ ਆਪਣੀਆਂ ਵੱਟਾਂ ਹੁੰਦੀਆਂ ਨੇ, ਵੱਟਾਂ ਦੇ ਵਿੱਚ ਖੁੱਡਾਂ ਹੁੰਦੀਆਂ ਨੇ, ਜਾਂ ਕਈ ਵਾਰੀ ਆਪਣੇ ਖੇਤ
ਮੋਟਰ ਵਾਲੇ ਕੋਠਿਆਂ ਦੇ ਵਿੱਚ, ਦਰਜਾਂ ਵਗੈਰਾ ਦੇ ਵਿੱਚ ਇਹ ਪੱਕੀਆਂ ਕਲੋਨੀਆਂ ਬਣਾ ਕੇ ਰਹਿੰਦੇ ਹੁੰਦੇ ਨੇ, ਉੱਥੇ ਧਿਆਨ ਰੱਖਣਾ। ਸੋ ਇਹ ਚੀਜ਼ਾਂ ਹੋ ਗਈਆਂ, ਇਹਨਾਂ ਨੂੰ ਡਿਟੈਕਟੋ ਕਰ ਲਿਆ ਆਪਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ। ਹੁਣ ਆਪਾਂ ਨੇ ਕਰਨਾ ਕੀ, ਆਪਾਂ ਇਹਨੂੰ ਆਪਾਂ ਕਹਿ ਦਈਏ ਇੱਕ ਤਰੀਕੇ ਦੇ ਨਾਲ ਮਾਰ ਸਕਦੇ ਹਾਂ ਕਿਸਾਨ ਭਰਾਓ। ਇਹਨੂੰ ਮਾਰਨਾ ਕਿਵੇਂ ਆ? ਪਹਿਲਾਂ ਅੱਜ ਆਪਾਂ ਨੇ ਖੱਡਾਂ ਦੇਖ ਲਈਆਂ, ਉਹਨਾਂ ਨੂੰ ਬੰਦ ਕਰ ਦਿਓ ਸ਼ਾਮ ਨੂੰ। ਜਦੋਂ ਸਵੇਰੇ ਆਪਣੇ ਖੇਤ ਜਾਵਾਂਗੇ ਕਿਸਾਨ ਭਰਾਓ, ਤੜਕੇ ਨੂੰ ਜਾਂ ਸਵੇਰ ਨੂੰ, ਕੱਲ੍ਹ ਨੂੰ ਕਹਿੰਦਾ ਭਾਵ ਅੱਜ ਸ਼ਾਮੀ ਖੱਡਾਂ ਬੰਦ ਕਰਤੀਆਂ, ਕੱਲ੍ਹ ਨੂੰ ਜਾਵਾਂਗੇ ਤਾਂ ਆਪਾਂ ਨੂੰ ਤਾਜ਼ੀਆਂ ਖੱਡਾਂ ਦਿਖਾਈ ਦੇਣਗੀਆਂ। ਕਈ ਵਾਰੀ ਨਾ ਕੁਛ ਕੁ ਉੱਜੜੀਆਂ ਹੋਈਆਂ ਖੱਡਾਂ ਹੁੰਦੀਆਂ ਨੇ, ਜਿਹੜੀਆਂ ਕਿ ਆਪਾਂ ਕਹਿ ਦਈਏ ਜਿਨ੍ਹਾਂ ਦੇ ਵਿੱਚੋਂ ਜਾਂ ਤਾਂ ਚੂਹੇ ਸੱਪ ਖਾ ਚੁੱਕਿਆ ਹੁੰਦਾ, ਜਾਂ ਕੋਈ ਹੋਰ ਜਾਨਵਰ ਚੂਹੇ ਬਾਹਰ ਗਏ ਨੂੰ ਆਪਣੇ ਜਦੋਂ ਵੀ ਰੂਟ 'ਤੇ ਜਾਂਦੇ ਨੇ ਉਦੋਂ ਚੱਕ ਕੇ ਲੈ ਜਾਂਦਾ, ਅਤੇ ਖੱਡਾਂ ਖਤਮ ਹੋ ਜਾਂਦੀਆਂ ਨੇ, ਕਹਿੰਦਾ ਵਾ ਉਜਾੜ ਹੋ ਜਾਂਦੀਆਂ ਨੇ, ਉੱਜੜੀਆਂ ਖੱਡਾਂ ਕਹਿੰਦੇ ਜਿਹਨੂੰ ਆਪਾਂ, ਉਹ ਹੁੰਦੀਆਂ ਨੇ ਇਹ ਕਿਸਾਨ ਭਰਾਓ। ਉਹਨਾਂ ਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਮੱਥਾ ਮਾਰੇ ਦਾ। ਸੋ ਉਹਨਾਂ ਦੇ ਮਾਰਨਾ ਜਿੱਥੇ ਕਿਤੇ ਮਿੱਟੀ ਸਰਵਾਈਵ ਚੂਹੇ ਨੇ ਕੀਤਾ ਹੁੰਦਾ, ਰਾਤ ਨੂੰ ਚੂਹੇ ਦੀ ਆਵਾਜਾਈ ਵਧੀ ਹੁੰਦੀ ਹੈ, ਉਹਨਾਂ ਖੱਡਾਂ ਨੂੰ ਡਿਟੈਕਟ ਕਰ ਲਓ ਕਿਸਾਨ ਭਰਾਓ। ਉਸ ਤੋਂ ਬਾਅਦ ਸਵੇਰ ਨੂੰ ਆਪਾਂ ਨੇ ਬਾਜ਼ਾਰ ਦੇ ਵਿੱਚ ਇੱਕ ਤਾਂ ਮਿਲਦੇ ਆ ਜਿੰਕ ਫਾਸਫੇਟ, ਜੋ ਕਿ ਆਪਾਂ ਜੇਕਰ ਨਾ ਵਰਤੀਏ ਤਾਂ ਚੰਗੀ ਗੱਲ ਆ। ਪਹਿਲਾਂ ਉਹਨੂੰ ਨਾ ਵਰਤਣ ਦਾ ਕਾਰਨ ਹੀ ਆਪਾਂ ਗੱਲਬਾਤ ਕਰ ਲੈਂਦੇ ਹਾਂ ਕਿਸਾਨ ਭਰਾਓ, ਵਰਤਣੀ ਕਿਹੜੀ ਉਹਦੀ ਅੱਗੇ ਗੱਲ ਕਰਦੇ ਹਾਂ। ਉਸ ਤੋਂ ਪਹਿਲਾਂ ਜੇਕਰ ਨਵੇਂ ਜੁੜੇ ਚੈਨਲ 'ਤੇ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਲੱਗਦਾ ਬੈਲ ਆਈਕਨ ਦਬਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਉਹਦਾ ਕੀ ਕਾਰਨ ਆ? ਜਿੰਕ ਫਾਸਫੇਟ ਕਿਸਾਨ ਭਰਾ, ਉਹ ਦਾਣਿਆਂ 'ਤੇ ਜ਼ਹਿਰ ਲੱਗੀ ਹੁੰਦੀ ਆ, ਉਹਦੇ 'ਤੇ ਕੀ ਹੁੰਦਾ ਨਾ, ਉਹਨੂੰ ਖੇਤਾਂ ਦੇ ਵਿੱਚ ਰੱਖ ਦਿੰਦੇ ਆ, ਤਾਂ ਜਿਹੜੇ ਜਾਨਵਰ ਹੁੰਦੇ ਨੇ ਆਮ ਆਪਣੇ ਮਿੱਤਰ ਕਹਿ ਦਈਏ, ਜਾਂ ਨਹੀਂ ਵੀ ਮਿੱਤਰ ਹੁੰਦੇ ਕਿਸਾਨ ਭਰਾ, ਉਹ ਉੱਡਣ ਵਾਲੇ ਕੋਈ ਪੰਛੀ ਹੁੰਦੇ ਨੇ ਜਾਂ ਹੋਰ ਜਾਨਵਰ ਹੁੰਦੇ ਨੇ ਜਿਹੜੇ, ਉਹ ਕਈ ਵਾਰੀ ਖਾ ਲੈਂਦੇ ਆ ਇਹਨਾਂ ਨੇ ਦਾਣੇ ਚੁਗਣ ਦੀਆਂ, ਇਹਨਾਂ ਦੇ DNA 'ਚ ਹੀ ਹੁੰਦਾ, ਇਹਨਾਂ ਦੀ ਆਦਤ ਹੁੰਦੀ ਆ ਦਾਣੇ ਚੱਕਣੇ। ਕਈ ਵਾਰੀ ਕੀ ਹੁੰਦਾ ਨਾ, ਇਕੱਠੀ ਕਈ ਕਈ ਜਾਨਵਰ ਮਾਰੇ ਜਾਂਦੇ ਆ, ਘੁੱਗੀਆਂ ਮਾਰੇ ਜਾਂਦੇ ਨੇ ਜਾਂ ਹੋਰ ਚਿੜੀਆਂ ਜਾਂ ਇੱਕ ਦੋ ਜਾਨਵਰ ਹੋਰ ਮਾਰੇ ਜਾਂਦੇ ਆ। ਸੋ ਉਹਨਾਂ ਤੋਂ ਆਪਾਂ ਨੇ ਬਚਾਉਣ ਵਾਸਤੇ, ਉਹਨਾਂ ਨੂੰ ਇਸ ਜ਼ਹਿਰ ਤੋਂ, ਜਿੰਕ ਫਾਸਫੇਟ ਆਪਾਂ ਨਾ ਵਰਤੀਏ। ਸੋ ਅੱਗੇ ਆ ਗਈ ਕਿਸਾਨ ਭਰਾਓ, ਜਿਹੜੀ ਆਪਾਂ ਵਰਤਣੀ ਆ ਉਹ ਬਰੋਮਾ ਡੀਓ ਲਾਉਣ, ਟੈਕਨੀਕਲ ਮਿਲਦਾ ਗਾ, ਜ਼ਹਿਰ ਮਿਲਦੀ ਆ ਬਾਜ਼ਾਰ ਦੇ ਵਿੱਚੋਂ, ਥੋੜ੍ਹੀ ਜਿਹੀ ਮਿਹਨਤ ਕਰਕੇ ਮਿਲ ਜੂਗੀ ਕਿਸਾਨ ਭਰਾਓ, ਇੱਕ ਜਗ੍ਹਾ ਨਹੀਂ ਦੂਜੀ ਜਗ੍ਹਾ ਪਤਾ ਕਰ ਲਿਓ। ਉਹ ਜ਼ਹਿਰ ਆਪਾਂ ਨੇ ਖਰੀਦਣੀ ਆ, ਉਹ ਚੂਹੇ ਵਾਸਤੇ ਆਪਾਂ ਕਹਿ ਦਈਏ ਬਹੁਤ ਜ਼ਿਆਦਾ, ਆਪਾਂ ਕਹਿ ਦਈਏ ਮਾਰਨ ਵਾਸਤੇ ਆਪਣੇ ਵਾਸਤੇ ਚੰਗੀ ਆ, ਚੂਹੇ ਵਾਸਤੇ ਬਹੁਤ ਮਾੜੀ ਆ। ਇਹਨੂੰ ਕਰਨਾ ਕੀ ਆ ਕਿਸਾਨ ਭਰਾਓ, ਆਪਣੇ ਖੱਡਾਂ ਦੇਖ ਲੈਣੇ ਨੇ, ਜਿੰਨੀਆਂ ਕੁ ਖੱਡਾਂ ਨੇ ਮੰਨ ਕੇ ਚੱਲੋ ਕਿ ਆਪਣੇ 20 ਜਾਂ 40 ਕੁ ਖੱਡਾਂ ਨੇਗੀਆਂ, ਤਾਂ ਆਪਾਂ ਨੇ ਕੀ ਕਰਨਾ, 300 ਤੋਂ 400 ਗ੍ਰਾਮ ਤੱਕ ਇਹ ਜਿਹੜੀ ਜ਼ਹਿਰ ਆ ਬਰੋਮਾ ਡੀਓ ਲਾਉਣ, ਇਹਨੂੰ ਵਰਤਣਾ। ਇਹਨੂੰ ਵਰਤਣਾ ਕਿਵੇਂ ਆ ਕਿਸਾਨ ਭਰਾਓ, ਆਪਣੇ ਆਮ ਖਾਸੀ ਪਸ਼ੂਆਂ ਨੂੰ, ਆਪਾਂ ਮੱਝਾਂ ਗਾਵਾਂ ਨੂੰ, ਲੇਟੀ ਵਗੈਰਾ ਬਹੁਤ ਸਾਰੇ ਕਿਸਾਨ ਭਰਾ ਪਾਉਂਦੇ ਆ, ਉਹ ਦਲੀਆ ਕਹਿ ਲਓ ਆਪਾਂ ਨੂੰ, ਆਪਣੇ ਖਾਣ ਵਾਲਾ ਦਲੀਆ ਹੁੰਦਾ ਜਾਂ ਆਪਣੇ ਜੋ ਆਪਾਂ ਦਲੀਆ ਵਗੈਰਾ ਬਣਾਉਂਦੇ ਆ ਇਨਸਾਨੀ ਜਾਂ ਜਾਨਵਰਾਂ ਦੀ ਲੇਟੀ ਆ, ਉਹਨੂੰ ਕੀ ਕਰਨਾ ਗਾ, ਉਹ ਦਲੀਆ ਬਣਾ ਲੈਣਾ। ਉਹਦਾ ਦਲੀਏ ਦੇ ਵਿੱਚ ਜਿੰਨੀ ਕੁ ਮਾਤਰਾ ਜ਼ਹਿਰ ਦੀ ਆ, ਉਨੀ ਕੁ ਮਾਤਰਾ ਦਲੀਏ ਦੀ ਮਿਕਸ ਕਰ ਲੈਣੀ ਆ, ਅਤੇ ਇਹਦੇ ਵਿੱਚ ਇੱਕ ਆਪਣੇ ਘਰ ਦਾ ਘਿਓ, ਦੇਸੀ ਘਿਓ ਨੂੰ ਜ਼ਰੂਰ ਇੱਕ ਦੋ ਚਮਚੇ ਐਡ ਕਰ ਲਿਓ। ਜੇਕਰ ਤੁਸੀਂ 1 ਕਿਲੋ ਘੋਲ ਬਣਾ ਰਹੇ ਹੋ ਜਾਂ 1 ਕਿਲੋ ਲੇਪ ਜਾਂ ਬਣਾ ਰਹੇ ਹੋ, ਆਪਾਂ ਕਹਿ ਦਈਏ 1 ਕਿਲੋ ਜ਼ਹਿਰ ਤਿਆਰ ਕਰ ਰਹੇ ਹੋ, 500 ਗ੍ਰਾਮ ਮੰਨ ਕੇ ਚੱਲੋ ਕਿ ਦਲੀਆ ਲੈ ਲਿਆ, ਅਤੇ 500 ਗ੍ਰਾਮ ਆ ਬਰੋਮਾ ਦੀ ਲੋਨ ਲੈ ਲਈ ਤੁਸੀਂ, ਉਹਦੇ ਵਿੱਚ ਨਾ ਘੱਟ ਤੋਂ ਘੱਟ 3-4 ਚਮਚੇ ਜ਼ਰੂਰ ਦੇਸੀ ਘਿਓ ਦੇ ਪਾ ਲਓ। ਉਸ ਤੋਂ ਬਾਅਦ ਕੀ ਕਰਨਾ, ਉਹਦੀਆਂ ਪੂੜੀਆਂ ਬਣਾ ਲਓ ਕਿਸਾਨ ਭਰਾਓ, ਰਾਤ ਨੂੰ ਹੱਥ ਨੇ ਸ਼ਾਮ ਦੇ ਟਾਈਮ 'ਤੇ ਉਹਨਾਂ ਨੂੰ ਜਿਹੜੀਆਂ ਖੱਡਾਂ ਸਵੇਰ ਦੇ ਸਮੇਂ ਡਿਟੈਕਟ ਕੀਤੀਆਂ ਸੀ, ਜਿੰਨੀਆਂ ਵੀ ਖੱਡਾਂ ਸੀ, 1-2 ਪੁੜੀਆਂ ਉਹਨਾਂ ਦੇ ਲਾਗੇ ਬੰਨੇ ਜ਼ਰੂਰ ਰੱਖ ਦਿਉ, ਜਾਂ ਜਿੱਥੇ ਕਿਤੇ ਜ਼ਿਆਦਾ ਕਟਾਅ ਹੁੰਦਾ ਉੱਥੇ ਰੱਖ ਦਿਉ। ਰਾਤ ਨੂੰ ਚੂਹੇ ਆਪਣੇ ਕਾਰਵਾਈ ਕਰਨ ਆਉਣਗੇ ਜਾਂ ਬਾਹਰ ਨਿਕਲਣਗੇ ਆਪਣੀਆਂ ਖੁੱਡਾਂ ਦੇ ਵਿੱਚੋਂ, ਅਤੇ ਉਹਨਾਂ ਨੂੰ ਜ਼ਹਿਰ ਨੂੰ ਖਾ ਕੇ ਤੁਹਾਨੂੰ ਤੜਕੇ ਨੂੰ ਬਹੁਤ ਸਾਰੇ ਲਗਭਗ ਆਪਾਂ ਕਹਿ ਦਈਏ 100% ਹੀ ਚੂਹੇ ਤੁਹਾਡੇ ਖਤਮ ਹੋ ਜਾਣਗੇ ਕਿਸਾਨ ਭਰਾਓ। ਸੋ ਇਹ ਜ਼ਹਿਰ ਆ ਜਿਹੜੀ, ਇਹਨੂੰ ਆਪਾਂ ਵਰਤ ਸਕਦੇ ਹਾਂ, ਆਪਣੇ ਵਾਸਤੇ ਸੇਫ, ਵੈਸੇ ਉਸ ਤਰ੍ਹਾਂ ਸੇਫ ਨਹੀਂ ਹੈਗੀ ਕਿਸਾਨ ਭਰਾਓ, ਪਰ ਆਪਣੇ ਵਾਸਤੇ ਆਪਾਂ ਸੇਫ ਕਿਉਂ ਕਹਿ ਰਹੇ ਹਾਂ ਕਿ ਦੂਸਰੇ ਜਿਹੜੇ ਜਾਨਵਰ ਨੇ ਉਹ ਬਚ ਜਾਣਗੇ। ਬੜੀ ਸਾਵਧਾਨੀ ਨਾਲ ਕੰਮ ਕਰਨਾ ਕਿਸਾਨ ਭਰਾਓ, ਇਸ ਜ਼ਹਿਰ ਨੂੰ ਤੁਸੀਂ ਨੰਗੇ ਹੱਥਾਂ ਦੇ ਨਾਲ ਦਲੀਏ ਦੇ ਵਿੱਚ ਮਿਕਸ ਨਹੀਂ ਕਰਨਾ, ਗਲਵਸ ਵਗੈਰਾ ਜ਼ਰੂਰ ਚੜਾ ਲਿਓ ਪੋਲੀਥੀਨ ਦੇ, ਜਾਂ ਕੋਈ ਲਿਫਾਫਾ ਚੜਾ ਲਿਆ ਕਰੋ ਜੇਕਰ ਗਲਵਸ ਨਹੀਂ ਹੁੰਦੇ,
ਇਸ ਨੂੰ ਸਿੱਧਾ ਡਾਇਰੈਕਟ ਆਪਾਂ ਨਹੀਂ ਆਪਾਂ ਕਹਿੰਦੇ ਟੱਚ ਦੇ ਵਿੱਚ ਕਰਨਾ। ਇੱਕ ਜਦੋਂ ਵੀ ਤੁਸੀਂ ਪੁੜੀਆਂ ਧਰਨੀਆਂ ਨੇ ਕਿਸਾਨ ਭਰਾ ਉਹਨਾਂ ਨੂੰ ਬੰਦ ਕਰਕੇ ਧਰਨਾ, ਕਿਉਂਕਿ ਚੂਹਾ ਖੋਲ੍ਹਣ ਦੀ ਬੜੀ ਕੋਸ਼ਿਸ਼ ਕਰਦਾ ਹੁੰਦਾ, ਖੋਲੂਗਾ ਤਾਂ ਉਹ ਜ਼ਹਿਰ ਉਹਨਾਂ ਦੇ ਆਪਾਂ ਕਹਿ ਦਈਏ ਅੰਦਰ ਚਲੀ ਜਾਊ ਅਤੇ ਚੂਹੇ ਖਤਮ ਹੋ ਜਾਣਗੇ। ਕੋਸ਼ਿਸ਼ ਕਰਿਓ ਇਹ ਫਾਰਮੂਲਾ ਲਗਭਗ ਤੁਹਾਡੇ 100% ਤੱਕ ਖੇਤ ਦੇ ਵਿੱਚ ਕਾਰਗਰ ਰਹੂਗਾ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।